ਹੈ ਕਿ ਵਸੇਬ ਦੇ ਬਿਰਾਵੇਂ ਕਨੇ ਦਸ ਬਸਤਾ ਗੁਜ਼ਾਰਿਸ਼ ਹੈ ਕਿ ਖੁਦਾਰਾ ਆਈ ਵੀਡੀਓ ਕੋ ਸੁਣ ਸੋ ਤੇ ਬਲਾ ਕੋ ਸ਼ੇਅਰ ਕਰੇ ਸੋ ਆਪ ਹੀ ਗੌਰ ਕਰੇ ਸੋ ਤੇ ਨਾਲ ਦੋਸਤ ਨੇ ਬਿਰਾਵੇਂ ਕੋ ਵੀ ਆਖ ਸੋ ਇੱਕ ਉਮਰ ਕਾ ਸਾਰੇ ਇਲਾਕੇ ਵਿੱਚ ਹਾਲਾਤ ਖਰਾਬ ਥੀਂਦੇ ਬੰਦੇ ਸਾਰੇ ਜਿਹੜੇ ਕਮ ਉਮਰ ਬੱਚੇ ਹਨ ਦਸ ਕਨੇ ਗਿਣ ਕੇ 18 ਸਾਲ ਤੱਕ ਉਹ ਬਾਲ ਜੋ ਨਾ ਦੋ ਚੀਜ਼ਾਂ ਵਿੱਚ ਪੈ ਗਏ ਜਾਂ ਤਾਂ ਨਸ਼ੇ ਵਿੱਚ ਪੈ ਗਏ ਜਾਂ ਚੋਰੀ ਡਕੈਤੀ ਦੇ ਗੈਂਗ ਬਣਾ ਕੇ ਦੇਣ ਉਹਨੇ ਕੱਲ ਮੇਰੇ ਸਾਹਮਣੇ ਕਨੇ ਇੱਕ ਵੀਡੀਓ ਗੁਜ਼ਰੇ ਜਿਹਦੇ ਵਿੱਚ ਇੱਕ ਬਾਲ ਤਕਰੀਬਨ ਜਿਹਦੀ ਉਮਰ ਜੋ ਨਾ 15 ਕਨੇ 18 ਦੇ ਦਰਮਿਆਨ ਵਿੱਚ ਹੋ ਸੀ ਡਕੈਤੀ ਕਰਨ ਦੇ ਵੇ ਪਕੜੇ ਗਏ ਉਹ ਬਾਕੀ ਆਪਣੇ ਸੋਤਰੇ ਮਿਰਾਵੇਂ ਦਾ ਜਾਂ ਆਪਣੇ ਗੈਂਗ ਦਾ ਵੀ ਨਾਂ ਦੱਸਿਆ ਹੈ ਇਹ ਸਾਡੇ ਵਸੇਬ ਦੇ ਉਹ ਸ਼ਰੀਫ ਤਰੀਨ ਲੋਕ ਹਨ ਜਿਹੜੇ ਅਸਾਂ ਸੋਚ ਹੀ ਨਹੀਂ ਸਕਦੇ ਅਸੀਂ ਕਿ ਇਹ ਬੰਦੇ ਵੀ ਇਹ ਕੰਮ ਵਿੱਚ ਮੁਲਵਿਸ ਹੋ ਸਨ ਇਹਦੀ ਵਜ੍ਹਾ ਕਿਆ ਹੈ ਅਸਾਂ ਕੋਈ ਇਹਦੇ ਚੀਜ਼ਾਂ ਨੂੰ ਦੇਖਣਾ ਪੈਵੇ ਸੀ ਜਿਹੜਾ ਇਹ 10 ਨੇ 18 ਸਾਲ ਤੱਕ ਦੀ ਉਮਰ ਹੈ ਨਾ ਇਹ ਬੜੀ ਖਤਰਨਾਕ ਉਮਰ ਹੈ ਇਹਦੇ ਵਿੱਚ ਜਿਹੜਾ ਰਿਸਕ ਟੇਕਿੰਗ ਟੈਂਡੈਂਸੀ ਹੁੰਦੀ ਯਾਨੀ ਕਿ ਬਾਲ ਦੇ ਵਿੱਚ ਸ਼ਔਰ ਇੱਕ ਵੱਡਾ ਬੰਦਾ ਅਗਰ ਅੱਲਾ ਮਾਫ਼ ਕਰੇ ਕੋਈ ਕਤਲ ਕਰਨਾ ਹੈ ਜਾਂ ਕੋਈ ਵੱਡਾ ਨੁਕਸਾਨ ਕਰਨਾ ਤਾਂ ਉਹਦੇ ਵਿੱਚ ਉਹ ਥੋੜ੍ਹਾ ਬਹੁਤ ਅਕਲ ਕਨੇ ਜਾਂ ਹਿਕਮਤ ਕਨੇ ਕੰਮ ਗਿਣਸੀ ਜਿੱਥੋਂ ਉਹ ਇਹ ਹੱਦ ਤੱਕ ਮਜਬੂਰ ਤੇ ਵੀ ਸੀ ਕਿ ਇਹਦੇ ਇਲਾਵਾ ਕੋਈ ਚਾਰਾ ਕਹਿੰਦੇ ਵੱਲ ਉਹ ਕਰੇ ਸੀ ਵਰਨਾ ਉਹ ਕਹਿਣਾ ਕਰੇ ਸੀ ਵੱਲਾ ਦੂਜੀ ਤਰਫ ਦੇਖੋ ਇਹ ਜਿਹੜੇ ਉਮਰ ਦੇ ਬਾਲ ਹਨ ਇਹਨਾਂ ਨੂੰ ਕਹਿ ਨਹੀਂ ਪਤਾ ਹੁੰਦਾ ਇਹ ਵਕਤ ਹੀ ਸੋਚ ਜਾਂਦੇ ਹਨ ਠੀਕ ਹੈ ਇਹ ਜੋ ਨਾ ਇਹ ਦਿਨ ਕਿ ਬਸ ਇਹ ਟਾਈਮ ਅਸਾਂ ਕਿਆ ਕਰਨਾ ਸਿਚੁਏਸ਼ਨਲ ਡਿਸੀਜਨ ਕਰਦੇ ਹਨ ਜਿਹਦੀ ਵਜ੍ਹਾ ਕਨੇ ਵੱਡੇ ਹਾਦਸਾ ਥੀਂਦੇ ਹਨ ਵੱਡੇ ਨੁਕਸਾਨਾਤ ਥੀ ਵੇਂਦੇ ਹਨ ਜਿੱਥੇ ਵੀ ਦੇਖੋ ਸਾਡੇ ਇਲਾਕੇ ਵਿੱਚ ਡਕੈਤੀਆਂ ਚੋਰੀਆਂ ਵਗੈਰਾ ਵਿੱਚ ਕਤਲ ਵਗੈਰਾ ਥਾਇ ਉਹਨਾਂ ਤੋਂ ਉਹਨਾਂ ਦੇ ਵਿੱਚ ਜ਼ਿਆਦਾਤਰ ਕਮ ਉਮਰ ਬਾਲ ਸ਼ਾਮਿਲ ਹੁੰਦੇ ਹਨ ਬਾਲ 18 ਸਾਲ ਕਨੇ ਘੱਟ ਹੈ ਤਾਂ ਉਹਦੇ ਰਿਸਪੋਂਸੀਬਲ ਉਹਦੇ ਮਾਂ ਪਿਓ ਹੋਏ ਮਾਂ ਪਿਓ ਕੋ ਚਾਹੀਦਾ ਹੈ ਕਿ ਆਪਣੇ ਬਾਲਿਆਂ ਉੱਤੇ ਗੌਰ ਕਰਨ ਆਪਣੇ ਬਾਲੇ ਕੋ ਇਰਦ ਗਿਰਦ ਦੇਖਣ ਮਾਂ ਪਿਓ ਇਹ ਗਾਲ ਕਨੇ ਆਪਣੀ ਜਾਨ ਨਾ ਹੁਣ ਛੁਡਵਾ ਸਕਦੇ ਨਾ ਰੋਜ਼ੇ ਮਹਸ਼ਰ ਛੁਡਵਾ ਸਕਦੇ ਕਿ ਸਾਕੂ ਪਤਾ ਕਹਿਣਾ ਹੀ ਬਾਲਾਂ ਨੂੰ ਉਹਨੇ ਜਿਹੜਾ ਕੁਝ ਕੀਤੇ ਤੁਸਾਂ ਬਾਲ ਜਣੇ ਨੇ ਤੁਹਾਨੂੰ ਕੋ ਪਾਲਣ ਉਹਨਾਂ ਦੀ ਸਹੀ ਪਰਵਰਿਸ਼ ਕਰਨ ਉਹ ਤੁਹਾਡੀ ਰਿਸਪੋਂਸੀਬਿਲਿਟੀ ਹੈ ਉਹ ਤੁਹਾਡੀ ਬੁਨਿਆਦੀ ਉਹ ਹੈ ਹੱਕ ਹੈ ਅਗਰ ਉਹ ਬਾਲ ਛੋਟੀ ਉਮਰ ਵਿੱਚ ਕੋਈ ਨੁਕਸਾਨ ਕਰਦੇ ਜਿਹਲੇ ਉਹ ਅਕਲ ਬੁਝ ਸਹੂਰ ਕਹਿਣੀ ਤਾਂ ਉਹਦੇ ਤੁਸਾਂ ਉਤਨਾ ਹੀ ਸ਼ਰੀਕ ਹੈ ਵੇ ਮਾਂ ਪਿਓ ਜਿਤਨਾ ਕਿ ਉਹ ਬਾਲ ਸ਼ਰੀਕ ਹੈ ਇਵੇਂ ਹੀ ਇਹ ਦੇਖੋ ਉਹਦੀ ਮਿਸਾਲ ਮੈਂ ਤਾਂ ਕੋਈ ਦੱਸਾਂ ਤੁਸਾਂ ਘਰ 'ਚ ਇੱਕ ਡੰਗਰ ਪਾਲਿਆ ਹੋਇਆ ਇੱਕ ਵੱਡਾ ਸਾਰਾ ਜਾਨਵਰ ਪਾਲਿਆ ਹੋਇਆ ਤੁਸਾਂ ਕੋਈ ਛੋੜ ਦਿੱਤੇ ਠੀਕ ਉਹ ਵੇਸੀ ਕਹਿੰਦੇ ਬਾਲ ਕੁਮਰੇ ਸੀ ਕਹਿੰਦੇ ਫਸਲ ਦਾ ਨੁਕਸਾਨ ਕਰੇ ਸੀ ਤੁਸੀਂ ਉੱਥੋਂ ਕਨੇ ਜਾਨ ਨਹੀਂ ਵੀ ਛੁਡਵਾ ਸਕਦੇ ਇੱਥੇ ਜਾਨਵਰ ਹੈ ਇਹਦਾ ਸ਼ਔਰ ਘੱਟ ਹੈ ਬਾਲ ਦੇ ਵਿੱਚ ਨਾਰਮਲ ਇਹੋ ਕੁਝ ਹੁੰਦਾ ਉਹਦੇ ਵਿੱਚ ਸਮਝ ਬੋਝ ਘੱਟ ਹੁੰਦੇ ਠੀਕ ਹੈ ਉਹਦੇ ਵਿੱਚ ਤੁਸੀਂ ਇਹ ਨਹੀਂ ਆਖ ਸਕਦੇ ਇਹ ਤਾਂ ਡਾਢਾ ਹੈ ਇਹ ਜ਼ੋਰਵਰ ਹੈ ਇਹ ਤਾਂ ਮਾੜੀ ਗਾਲ ਨਾ ਮੰਨਦਾ ਹੈ ਇਹ ਵੀ ਨਹੀਂ ਵੇ ਆਖ ਸਕਦੇ ਨਾ ਹੀ ਇਹ ਚੀਜ਼ ਬਾਲਣ ਦੇ ਬਾਰੇ ਵਿੱਚ ਆਖ ਸਕਦੇ ਕਿਉਂਕਿ ਉਹ ਜਿਹੜੇ ਲਵ ਸ਼ਔਰ ਹੈ ਤਾਂ ਉਹਲੇ ਤੁਸੀਂ ਬੱਧਣੇ ਕੁੱਟਣੇ ਜਿਹੜਾ ਕੁਝ ਕਰਨੇ ਨਾ ਤੁਸੀਂ ਉਹ ਕੰਟਰੋਲ ਕਰਨੇ ਕਿਉਂਕਿ ਤੁਸੀਂ ਖਿੰਨ ਕੇ ਆਏ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਹ ਤੁਸੀਂ ਆਪਣੇ ਬਾਲ ਕੋ ਸੰਭਾਲਣੇ ਦੂਜਾ ਅਗਰ ਉਹਦੇ ਉੱਤੇ ਆਉਂਦੇ ਸਾਡੇ ਅਸਾਤਜ਼ਾ ਸਕੂਲ ਦੇ ਵਿੱਚ ਜਿਹੜੇ ਟੀਚਰ ਸਾਡੇ ਪੜ੍ਹਦੇ ਹਨ ਉਹਨਾਂ ਕੋਲ ਵੀ ਚਾਹੀਦਾ ਕਿ ਬਾਲ ਚਲੋ ਪਹਿਲੀ ਗੱਲ ਇਹ ਕਿ ਵਹਿੰਦੇ ਨਹੀਂ ਜਿਹੜੇ ਵਹਿੰਦੇ ਵੀ ਹਨ ਉਹਨਾਂ ਕੋਲ ਅਲਿਫ ਬੇ ਪੇ ਜਾਂ ਏ ਬੀ ਸੀ ਰਟਵਾਉਣ ਕਨੇ ਪਹਿਲੇ ਉਹਨਾਂ ਕੋਲ ਜਿਹੜੇ ਬੁਨਿਆਦੀ ਮਾਸ਼ਰਤੀ ਜਿਹੜੇ ਅਸੂਲ ਹਨ ਜਿਹੜੇ ਮੁਆਸ਼ਰੇ ਦੇ ਅਸੂਲ ਹਨ ਚੋਰੀ ਕਿਆ ਹੈ ਡਕੈਤੀ ਕਿਆ ਹੈ ਇਨਸਾਨੀਅਤ ਕਿਆ ਹੈ ਬੁਨਿਆਦੀ ਚੀਜ਼ਾਂ ਦੇ ਉੱਤੇ ਇਸਲਾਮ ਇਹਨਾਂ ਦੇ ਬਾਰੇ ਵਿੱਚ ਕਿਹਾ ਦੇ ਇਹਨਾਂ ਦੀ ਸਜ਼ਾ ਜਜ਼ਾ ਕਿਆ ਹੈ ਇੱਕ ਖਾਸਾ ਅੱਛਾ ਖਾਸਾ ਇੱਕ ਜੋ ਨਾ ਕਮ ਅਜ਼ ਕਮ ਘੰਟੇ ਰੂਦਾ ਇੱਕ ਪੀਰੀਅਡ ਰੱਖਾ ਵੀ ਜਿਹਦੇ ਵਿੱਚ ਬਾਲਿਆਂ ਕੋ ਬੁਨਿਆਦੀ ਮਾਸ਼ਰਤੀ ਅਸੂਲ ਸਿਖਾਏ ਵਿਜਨ ਅਦਾਲਤੇ ਕੋ ਵੀ ਇਹਦੇ ਵਿੱਚ ਛੂਟ ਨਹੀਂ ਦੇਣਾ ਚਾਹੀਦਾ ਅਦਾਲਤਾਂ ਹਮੇਸ਼ਾ ਇਹ ਜਿਹੜੇ ਛੋਟੇ ਉਮਰ ਦੇ ਬਾਲ ਹਨ ਚੋਰੀਆਂ ਡਕੈਤੀਆਂ ਇਹਨਾਂ ਚੀਜ਼ਾਂ ਵਿੱਚ ਪਕੜੇ ਵੇਂਦੇ ਕਮ ਉਮਰ ਦਾ ਫਾਇਦਾ ਚਾਹ ਕੇ ਅਦਾਲਤਾਂ ਕਨੇ ਜਲਦੀ ਰਿਹਾ ਥੀ ਵੇਂਦੇ ਸਜ਼ਾ ਜਜ਼ਾ ਦਾ ਸਿਸਟਮ ਸਾਡਾ ਵੈਸੇ ਕਮਜ਼ੋਰ ਹੈ ਲੇਕਿਨ ਇਹਨਾਂ ਦੇ ਉੱਤੇ ਆ ਕੇ ਮਜ਼ੀਦ ਕਮਜ਼ੋਰ ਥੀ ਵੇਂਦੇ ਅਦਾਲਤ ਕੋ ਵੀ ਚਾਹੀਦਾ ਇਹਨਾਂ ਦੇ ਖਾਤਰ ਸਜ਼ਾ ਜਜ਼ਾ ਦਾ ਨਿਜ਼ਾਮ ਰੱਖੇ ਨਾਲ ਨਾਲ ਮਾਪਿਓ ਦੇ ਖਾਤਰ ਵੀ ਰੱਖੇ ਕਿ ਉਹਨੇ ਕਿਉਂ ਉਹਦੀ ਕਾਉਂਸਲਿੰਗ ਨਹੀਂ ਕੀਤੀ ਕਿਉਂ ਬਾਲ ਕੋ ਨਹੀਂ ਸੰਭਾਲਿਆ ਦੇਖੋ ਨਾ ਅਗਰ ਕੋਈ ਜਹਾਜ਼ ਵੀ 3000 ਫੁੱਟ ਬੁਲੰਦੀ 'ਤੇ ਵਧੇ ਉੱਤੇ ਵਧੇ ਤੇ ਉਹਦਾ ਕੰਟਰੋਲ ਟਾਵਰ ਨਾਲ ਰਾਬਤਾ ਹੈ ਥੱਲੇ ਉਹਦਾ ਜ਼ਮੀਨੀ ਜਿਹੜਾ ਇੱਕ ਉਹ ਹੈ ਨਾ ਉਹਦੇ ਨਾਲ ਰਾਬਤਾ ਹੈ ਜਿਹੜੇ ਜਹਾਜ਼ ਦਾ ਕੰਟਰੋਲ ਟਾਵਰ ਨਾਲ ਰਾਬਤਾ ਤਰੁੱਟ ਵਿਜੇ ਦੀ ਮਤਲਬ ਜਹਾਜ਼ ਗੱਲ ਗਏ ਉਹ ਵੇਸੀ ਆਬਾਦੀ ਤੋਂ ਉੱਤੇ ਡਾਸਿਤ ਕਈ ਬੇਦਾ ਨੁਕਸਾਨ ਕਰੇ ਸੀ ਜਾਂ ਜਿਨ੍ਹਾਂ ਕੋ ਚਾਤੀ ਵਧੇ ਉਹਨਾਂ ਕੋ ਮਰੇ ਸੀ ਇਵੇਂ ਹੀ ਬਾਲ ਜਿਹੜੇ ਘਰੋਂ ਨਿਕਲਦੇ ਮਾਂ ਪਿਓ ਕੋ ਪਤਾ ਹੀ ਕਹਿ ਨਹੀਂ ਕਿ ਮੇਰਾ ਬਾਲ ਕਿੱਥੇ ਹੈ ਕਿਆ ਕਰੇ ਨਾ ਪੈਂਦੀ ਨਾ ਮਤਲਬ ਉਹ ਕਿੱਥੇ ਨਾ ਕਿੱਥੇ ਵਿੰਝ ਕੇ ਕੋਈ ਨਾ ਕੋਈ ਨੁਕਸਾਨ ਕਰੇ ਸੀ ਲਿਹਾਜ਼ਾ ਮਾਂ ਪਿਓ ਕੋ ਚਾਹੀਦਾ ਕਿ ਆਪਣੇ ਬਾਲੇ ਕੋ ਰੱਖੇ ਇਸ ਖਾਤਰ ਅਦਾਲਤ ਕੋ ਹੀ ਚਾਹੀਦਾ ਕਿ ਕਮ ਉਮਰੀ ਦਾ ਇਹਨੇ ਕੋ ਫਾਇਦਾ ਨਾ ਦੇਵੇ ਦੂਜਾ ਮਾਂ ਪਿਓ ਦੇ ਖਾਤਰ ਵੀ ਇਵੇਂ ਜਿਵੇਂ ਡਰਾਈਵਿੰਗ ਲਾਇਸੈਂਸ ਸੇ ਡਰਾਈਵਿੰਗ ਦੇ ਵਿੱਚ 18 ਸਾਲ ਕਰੇ ਕਮ ਬਾਲ ਉਮਰ ਦੇ ਬਾਲ ਜਿਹੜੇ ਸਪੀਡਾਂ ਮਰਦੇ ਹਨ ਵੀਲੇ ਕਰਦੇ ਹਨ ਬਿਨੇ ਕੋ ਵਿੰਝ ਤੁਰਦੇ ਹਨ ਆਪਣਾ ਵੀ ਨੁਕਸਾਨ ਕਰਦੇ ਹਨ ਉੱਥੇ ਵੀ ਮਾਂ ਪਿਓ ਦੇ ਖਾਤਰ ਸਜ਼ਾ ਜਜ਼ਾ ਹੋਣਾ ਚਾਹੀਦਾ ਇੱਥੇ ਵੀ ਮਾਂ ਪਿਓ ਦੇ ਖਾਤਰ ਅਗਰ ਕਤਲ ਚੋਰੀ ਡਕੈਤੀ ਵਿੱਚ ਅਗਰ ਉਹ ਕੀਤੇ ਮੈਂ ਉੱਥੇ ਵੀ ਅਦਾਲਤ ਨੇ ਇਹਨਾਂ ਕੋ ਸਜ਼ਾ ਜਜ਼ਾ ਦੇਣਾ ਚਾਹੀਦਾ ਦੂਜੀ ਗੱਲ ਇਹ ਕਿ ਸਾਡੇ ਮਸਜਿਦਾਂ ਸਾਡੇ ਮੌਲਵੀ ਉਹ ਵੀ ਇਹ ਚੀਜ਼ ਕੋ ਬਾਵਰ ਕਰਵਾਵਣ ਕਿ ਜਿਹੜੇ ਬਾਲ 18 ਸਾਲ ਦੀ ਉਮਰ ਕਨੇ ਘੱਟ ਹੈ ਤਾਂ ਉਹ ਮਾਂ ਪਿਓ ਦੀ ਰਿਸਪੋਂਸੀਬਿਲਿਟੀ ਵਿੱਚ ਹੈ ਮਾਂ ਪਿਓ ਉਹਨੇ ਕੋ ਕਦਾਂ ਵੀ ਆਪਣੇ ਆਪ ਨੂੰ ਇਹ ਚੀਜ਼ ਕਨੇ ਅਲਹਿਦਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਿ ਜੇ ਨਾ ਅਗਰ ਬਾਲ ਸਾਡਾ ਛੋਟਾ ਹੈ ਤਾਂ ਉਹ ਅਗਰ ਇਹ ਜਿਹਾ ਕੋਈ ਕੰਮ ਕੀਤੇ ਤਾਂ ਉਹਦੇ ਵਿੱਚ ਅਸਾਂ
वो कहने से जो ना असा भी कोई गलती कहनी ना अपने बालें ते नज़र रखो अपने बालें फॉलोअप रखो अपने बालें को पता हो कि थे पैन कहते ना लूट दे बहन क्या करें दे पैन।